ਸ੍ਰੀਕਾਲ ਦੋਸਤੋ, ਪੀ ਬੀ 13 ਪ੍ਰੋਡਕਸ਼ਨ ਚੈਨਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਸੋ ਜ਼ਰੂਰੀ ਇਨਫੋਰਮੇਸ਼ਨ ਹੈ, ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਧਨ ਵਿਕਿਆ ਹੋਇਆ ਜੀ, ਮੰਨ ਕੇ ਚੱਲੋ ਗੱਡੀ, ਮੋਟਰਸਾਈਕਲ, ਟਰੈਕਟਰ, ਠੀਕ ਹੈ, ਸਕੂਟੀ, ਬਹੁਤ ਸਾਰੇ ਸਾਧਨ ਹੁੰਦੇ ਨੇ ਤੁਹਾਡੇ ਕੋਲ ਵਿਕਿਆ ਹੋਣੇ ਜੀ, ਤਾਂ ਤੁਸੀਂ ਆਪਣੇ ਸਾਧਨ ਦੀ ਐਡ ਕਰਵਾ ਸਕਦੇ ਹੋ ਆਪਣੇ ਇਸ ਚੈਨਲ 'ਤੇ ਪੀ ਬੀ 13 ਪ੍ਰੋਡਕਸ਼ਨ 'ਤੇ। ਫ੍ਰੀ ਦੇ ਵਿੱਚ ਤੁਹਾਡੇ ਵਹੀਕਲ ਦੀ ਕਰਾਂਗੇ ਜੀ ਆਪਾਂ ਐਡ ਕਰਨਾਗੇ ਜੀ। ਆਪਣੇ ਸਕਰੀਨ 'ਤੇ ਤੁਹਾਨੂੰ ਵਟਸਐਪ ਦਾ ਨੰਬਰ ਦਿਖ ਰਿਹਾ ਹੋਊਗਾ ਜੀ, ਤੁਸੀਂ ਆਪਣੇ ਸਾਧਨ ਦੀਆਂ 6 ਤੋਂ 7 ਪ੍ਰੋਪਰ ਫੋਟੋਆਂ ਅਤੇ ਪ੍ਰੋਪਰ ਜਾਣਕਾਰੀ ਕਰ ਦਿਓ ਜੀ ਸੈਂਡ ਸਾਨੂੰ ਇਸ ਨੰਬਰ ਦੇ ਉੱਪਰ। ਜਾਣਕਾਰੀ ਦੇ ਵਿੱਚ ਜ਼ਰੂਰੀ ਹੈ ਜੀ ਇਨਫੋਰਮੇਸ਼ਨ, ਮਾਡਲ ਕੀ ਹੈ, ਕਿੰਨੇ ਕਿਲੋਮੀਟਰ ਤੁਹਾਡਾ ਸਾਧਨ ਚੱਲਿਆ ਹੋਇਆ, ਤੁਹਾਡਾ ਰੇਟ ਪ੍ਰਾਈਜ਼ ਕੀ ਹੈ, ਤੁਹਾਡਾ ਏਰੀਆ ਕੀ ਹੈ, ਤੁਹਾਡਾ ਕੰਟੈਕਟ ਨੰਬਰ, ਓਨਰ ਵਗੈਰਾ, ਜੋ ਵੀ ਕੁਛ ਹੈ, ਡੀਜ਼ਲ ਹੈ, ਪੈਟਰੋਲ ਹੈ, ਭੇਜ ਦਿਓ ਜੀ ਇਸ ਨੰਬਰ ਦੇ ਉੱਪਰ। ਫ੍ਰੀ ਦੇ ਵਿੱਚ ਤੁਹਾਡੇ ਆਪਾਂ ਸਾਧਨ ਦੀ ਕਰ ਦੇਵਾਂਗੇ ਐਡ। ਸੋ ਧੰਨਵਾਦ ਜੀ ਵੀਡੀਓ ਦਾ, ਲਓ ਜੀ ਆਨੰਦ ਮਿਲਦੇ ਹਾਂ ਵੀਡੀਓ ਦੇ ਲਾਸਟ ਦੇ ਵਿੱਚ, ਥੈਂਕ ਯੂ। ਵਾਈਟ ਕਲਰ ਦੀ ਵਰੀਟਾ ਬਰੀਜ਼ਾ ਟੌਪ ਮਾਡਲ ZDI 2017 ਮਾਡਲ ਹੈ, ਸਾਰੀ ਗੱਡੀ ਓਰੀਜਨਲ ਹੈ, ਇੰਜਨ ਗੇਅਰ ਓਇਲ ਪੇਂਟ ਦੀ ਸਾਰੇ ਕਾਸੇ ਦੀ ਗਰੰਟੀ ਹੈ, 70-80% ਗੱਡੀ ਦੇ ਟਾਇਰ ਪੈਣ, 2017 ਮਾਡਲ ਹੈ ਜੀ, ਫਸਟ ਓਨਰ ਗੱਡੀ ਹੈ, ਕੰਡੀਸ਼ਨ ਤੁਹਾਡੇ ਸਾਹਮਣੇ, 7 ਲੱਖ ਰੁਪਇਆ ਇਸ ਗੱਡੀ ਦੀ ਡਿਮਾਂਡ ਹੈ ਦੋਸਤੋ, ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ। ਇਸ ਤੋਂ ਬਾਅਦ ਇੱਕ ਹੋਰ ਬਰੀਜ਼ਾ ਗੱਡੀ ਹੈ ਜੀ 2016 ਮਾਡਲ, ਫਸਟ ਓਨਰ ਹੈ, 70,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ, ਸਾਰੀ ਗੱਡੀ ਕਹਿੰਦੇ ਵੀ ਥੱਲੋਂ ਤੋਂ ਲੈ ਕੇ ਇੱਕ ਇੱਕ ਨਟ ਓਰੀਜਨਲ ਹੈ, ਅੰਦਰਲੀ ਕੰਡੀਸ਼ਨ ਇਹ ਰਹੀ ਜੀ, 6,60,000 ਰੁਪਇਆ ਗੱਡੀ ਦੀ ਡਿਮਾਂਡ ਹੈ, ਬਿਲਕੁਲ ਹੀ ਬ੍ਰੈਂਡ ਨਿਊ ਲੁੱਕ। ਇੱਕ ਹੋਰ ਬਰੀਜ਼ਾ ਜੀ ਆਪਣੇ ਕੋਲ ਸੇਮ ਕਲਰ ਦੀ VDI 2017 ਮਾਡਲ ਹੈ, ਸੈਕਿੰਡ ਓਨਰ ਗੱਡੀ ਹੈ ਜੀ, 51,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ, ਕੰਡੀਸ਼ਨ ਦੇਖ ਲਓ ਜੀ, ਸ਼ੋਰੂਮ ਕੰਡੀਸ਼ਨ ਅੱਜ ਗੱਡੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ, 6,50,000 ਰੁਪਇਆ ਗੱਡੀ ਦੀ ਡਿਮਾਂਡ ਹੈ। ਅੱਜ ਦੀ ਵੀਡੀਓ ਉਹਨਾਂ ਲਈ ਸਪੈਸ਼ਲ ਹੈ ਜੋ ਨਵੀਂ ਗੱਡੀ ਖਰੀਦਣ ਜਾ ਰਹੇ ਨੇ, ਰੁਕ ਜਾਓ, ਇਹ ਗੱਡੀ ਹੈਗੀ ਆਪਣੇ ਕੋਲ ਜੀ ਇਨੋਵਾ ਕ੍ਰਿਸਟਾ 2017 ਮਾਡਲ ਹੈ, ਸੈਕਿੰਡ ਓਨਰ ਹੈ ਜੀ, ਬ੍ਰੈਂਡ ਨਿਊ ਕੰਡੀਸ਼ਨ ਗੱਡੀ ਦੇ ਟਾਇਰ ਪਈ ਹੈ, ਸਾਰੀ ਗੱਡੀ ਨਾਲ 12.5 ਲੱਖ ਰੁਪਇਆ ਗੱਡੀ ਦੀ ਡਿਮਾਂਡ ਹੈ। ਅੰਦਰਲੀ ਲੁੱਕ ਸਾਰਾ ਕੁਛ A to Z ਦਿਖਾਊਂਗਾ, ਮਤਲਬ ਯਾਰ ਪੂਰੀ ਗਰੰਟੀ ਮਿਲਣ ਵਾਲੀ ਹੈ, ਅੱਜ ਦੀਆਂ ਗੱਡੀਆਂ ਜਿੰਨੀਆਂ ਵੀ ਹੈਗੀਆਂ ਨੇ ਜੀ, ਫਸਟ ਓਨਰ ਪ੍ਰੀ ਓਨਰਡ ਗੱਡੀਆਂ ਨੇਗੀਆਂ, ਸਾਰਾ ਕੁਝ ਕੰਪਨੀ ਫਿਟਡ ਸਮਾਨ ਮਿਲੂਗਾ। ਇਸ ਤੋਂ ਬਾਅਦ ਆਪਣੇ ਕੋਲ ਗੱਡੀ ਹੈ ਜੀ ਸਵਿਫਟ ਡਿਜ਼ਾਇਰ LDI ਮਾਡਲ ਹੈ ਜੀ 2016, ਫਸਟ ਓਨਰ ਗੱਡੀ ਹੈ, 51,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ, ਬਿਲਕੁਲ ਓਕੇ ਬ੍ਰੈਂਡ ਨਿਊ ਕੰਡੀਸ਼ਨ, 4.5 ਲੱਖ ਰੁਪਏ ਗੱਡੀ ਦੀ ਡਿਮਾਂਡ ਹੈ, 4,50,000। ਇਸ ਤੋਂ ਬਾਅਦ ਇੱਕ ਹੋਰ ਸਵਿਫਟ ਡਿਜ਼ਾਇਰ ਹੈ ਜੀ LDI ਹੈ, 2015 ਮਾਡਲ ਹੈ, ਫਸਟ ਓਨਰ ਗੱਡੀ ਹੈ ਜੀ, ਸੋ ਇਹਨਾਂ ਦੀ ਪ੍ਰਾਈਸ ਦੀ ਜੋ ਡਿਮਾਂਡ ਹੈ 4 ਲੱਖ ਰੁਪਏ। ਇੱਕ ਵਾਰੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਅੰਦਰ ਵੀ ਦਿਖਾ ਦਿੰਦਾ, ਹਰਿਆਣਾ ਨੰਬਰ ਕਰਕੇ ਵਹਿਮ ਨਾ ਕਰਿਓ, ਗੱਡੀ ਦਾ ਕੋਈ ਜਿਹੜੀ ਲੋਕੇਸ਼ਨ ਹੈ ਹੈਗੀ ਹਰਿਆਣੇ ਦੇ ਵਿੱਚ ਹੀ ਪੈਂਦੀ ਹੈ, ਮੈਂ ਇਹਨਾਂ ਦਾ ਸਾਰਾ ਕੁਝ ਦਿਖਾਊਂਗਾ ਤੁਹਾਨੂੰ, ਇੱਕ ਵਾਰੀ ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਬੁੜਕੇ ਵੜਦੇ ਜੀ ਬੁੜਕੇ। ਇਸ ਤੋਂ ਬਾਅਦ ਇੱਕ ਹੋਰ ਗੱਡੀ ਜੀ ਸਵਿਫਟ ਡਿਜ਼ਾਇਰ LDI 2015 ਮਾਡਲ ਹੈ, ਸੈਕਿੰਡ ਓਨਰ ਗੱਡੀ ਹੈ ਜੀ, ਗੱਡੀ ਦੀ ਕੰਡੀਸ਼ਨ ਦੇਖ ਲਓ, ਮੰਤਰੀ ਵਾਲੀ ਗੱਡੀ ਹੈ ਕਹਿੰਦੇ ਬਈ, ਵਾਈਟ ਕਲਰ ਦੇ ਅੰਦਰ ਬੰਦੇ ਨੂੰ ਤੁਸੀਂ ਜੱਜ ਕਰ ਸਕਦੇ ਹੋ ਵੀ ਅੱਜ ਦੀ ਗੱਡੀ ਦੀ ਕੰਡੀਸ਼ਨ ਕਿੱਦਾਂ ਦੀ ਹੋਣ ਵਾਲੀ ਹੈ, ਕੰਡੀਸ਼ਨ ਦੇਖ ਲਓ ਤੁਹਾਡੇ ਸਾਹਮਣੇ ਹੈ, 3,80,000 ਰੁਪਇਆ ਇਸ ਗੱਡੀ ਦੀ ਡਿਮਾਂਡ ਹੈ, ਕੰਡੀਸ਼ਨ ਤੁਹਾਡੇ ਸਾਹਮਣੇ, ਜਿੰਨੀਆਂ ਵੀ ਗੱਡੀਆਂ ਅੱਜ ਮੈਂ ਦਿਖਾ ਰਿਹਾ। ਸੋ ਦੋਸਤੋ, ਇਸ ਦਾ ਐਡਰੈਸ ਅਤੇ ਕੰਟੈਕਟ ਨੰਬਰ ਸ਼ੋਪ ਦਾ ਕਰ ਲਓ ਜੀ ਨੋਟ, ਲਕਸ਼ਮੀ ਕਾਰ ਬਾਜ਼ਾਰ, ਸ਼ਹਿਰ ਹੈਗਾ ਜੀ ਨਰਵਾਣਾ, ਨਰਵਾਣੇ ਦੇ ਹਿਸਾਰ ਰੋਡ ਦੇ ਉੱਪਰ ਤੁਹਾਨੂੰ ਇਹ ਸ਼ੋਪ ਮਿਲ ਜਾਊਗੀ ਜੀ, ਲਕਸ਼ਮੀ ਕਾਰ ਬਾਜ਼ਾਰ ਦੇ ਹਰਿਆਣੇ ਦੇ ਵਿੱਚ ਹੈਗਾ ਗਾ। ਜਿੰਨੇ ਵੀ ਮੈਂ ਰੇਟ ਪ੍ਰਾਈਜ਼ ਦੱਸੇ ਨੇ ਜੀ, ਕੋਈ ਵੀ ਫਿਕਸ ਨਹੀਂ ਹੈਗਾ ਜੀ, ਜੇ ਤੁਸੀਂ ਆਪਣੇ ਚੈਨਲ ਦੇ ਥਰੂ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਵੱਡਾ ਡਿਸਕਾਊਂਟ ਵੀ ਮਿਲਣਾ ਹੈਗਾ, ਠੀਕ ਹੈ ਜੀ। ਅਤੇ ਇਹਨਾਂ ਦਾ ਫਟਾਫਟ ਇਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 94-667-34-6 ਕਰ ਲਓ ਜੀ ਦੋਸਤੋ, ਸਕਰੀਨਸ਼ੋਟ ਡਿਟੇਲ ਦਾ ਜੀ,